ਪੂਰੀ ਦੁਨੀਆ ਦਾ ਢਿੱਡ ਕਿਸਾਨ ਭਰਦਾ। ਅਸੀਂ ਆਪਣੇ ਮਿਹਨਤ ਕਰ ਕਰਕੇ ਇਹ ਕਿਸਾਨ ਨੂੰ ਅੱਤਵਾਦੀ ਬਣਾਉਣ ਦੇ ਤੋਲੇ ਹੋ ਰਹੇ ਬਾਈ ਜੀ। ਜਿਹੜਾ ਸੱਚ ਹੁੰਦਾ, ਜਿਹੜਾ SSP ਹੁੰਦਾ, ਪੁਲਿਸ ਖੁਸ਼ ਕਰਨ ਦੀ ਵਾਰੀ ਦੇਖੋ ਜੀ, ਅਸੀਂ ਨਵਦੀਪ ਦੇ ਚੱਡੇ ਪਾੜਤੇ, ਨਵਦੀਪ ਨੂੰ ਅਸੀਂ ਪਾਣੀ 'ਚ ਡਬੋਏ ਬੈਠੇ ਹਾਂ। CM ਤੋਂ ਵੱਡੇ ਅਹੁਦੇ ਲੈਣ ਦੇ ਮਾਰੇ, ਉਹ ਜਿਹੜਾ ਪਹਿਲਾਂ ਸੀਗਾ, ਪਹਿਲਾਂ ਉਹ ਇੱਕ ਛੋਟਾ ਜਿਹਾ ਚਪਾਹੀ ਸੀਗਾ, ਅੱਜ ਉਹ CI ਦਾ ਇੰਚਾਰਜ ਬਣਿਆ ਖੜਾ। ਉਹ ਕੀ ਆ ਉਹਦਾ ਨਾਮ, ਜਿਹੜੇ ਤਾਂ ਨਵਦੀਪ ਨੇ ਤਸ਼ੱਦਦ ਕਰਿਆ? ਉਹ ਬੜੀਆਂ ਬੜੀਆਂ ਕਸਮਾਂ ਖਾਂਦੇ ਨੇ, ਜਾ ਕੇ ਵਿਧਾਨ ਸਭਾ ਜਾ ਕੇ ਸੌਂ ਖਾਂਦੇ ਨੇ, ਲੋਕਤੰਤਰ ਦੀਆਂ ਲੋਕ ਸਭਾ ਜਾ ਕੇ ਸੌਂ ਖਾਂਦੇ ਨੇ। ਲੋਕਤੰਤਰ ਦੀ ਸਭ ਤੋਂ ਵੱਧ ਧੱਜੀ ਇਹ ਲੋਕ ਉਡਾਉਂਦੇ। ਅਸੀਂ ਤਾਂ ਆਪਣੇ ਹੱਕਾਂ ਲਈ ਲੜ ਰਹੇ ਹਾਂ, ਹੱਕਾਂ ਲਈ ਜਾਗਰੂਕ ਕਰ ਰਹੇ ਹਾਂ। ਜਿਹੜੀ ਹਕੂਮਤ ਹੈ ਉਹਨੂੰ ਇਹ ਚੀਜ਼ ਦਾ ਇਹਨਾਂ ਨੂੰ ਤਾਂ ਬਰਦਾਸ਼ਤ ਨਹੀਂ ਹੋ ਰਹੀ ਵੀ ਲੋਕ ਇਕੱਠੇ ਕਿਉਂ ਹੋ ਗਏ। ਅੱਜ ਇਹ ਸਾਰਾ ਇਹਨਾਂ ਨੇ ਸਾਡਾ ਪੱਲੀਗਲ ਦਾ ਪ੍ਰੋਗਰਾਮ ਖਰਾਬ ਕਰਿਆ। ਇਹ ਇਕੱਲਾ ਹਰਿਆਣਾ ਵਾਲਿਆਂ ਨੇ ਕਰਿਆ, ਪੰਜਾਬ ਸਰਕਾਰ ਵੀ ਓਨੀ ਇਹਦੇ ਵਿੱਚ ਉਹ ਹੈ। ਤੁਸੀਂ ਜਿੰਨਾ ਜ਼ੁਲਮ ਸਾਡੇ 'ਤੇ ਕਰਨਾ ਕਰ ਲਓ, ਅਸੀਂ ਇਹ ਜ਼ੁਲਮ ਅੱਗੇ ਢਹਿਣ ਵਾਲੇ ਨਹੀਂ। ਤੁਸੀਂ ਸਾਨੂੰ ਜੇਲ੍ਹਾਂ 'ਚ ਛੱਡ ਲਓ, ਤੁਸੀਂ ਸਾਨੂੰ ਮਾਰ ਦਿਓ, ਤੁਸੀਂ ਸਾਨੂੰ ਫਾਂਸੀਆਂ 'ਚ ਚੜ੍ਹਾ ਦਿਓ। ਕਹਿੰਦੇ ਨੇ ਬਾਈ ਲੋਕਤੰਤਰ ਆ, ਲੋਕਾਂ ਨੂੰ ਤਾਂ ਜਿੱਥੇ ਜਾਣਾ ਆਪਣੀ ਮੰਜ਼ਿਲ 'ਤੇ ਨਹੀਂ ਜਾਣ ਦਿੱਤਾ ਜਾ ਰਿਹਾ। ਤਪਦੀਆਂ ਸੜਕਾਂ 'ਤੇ ਬਿਠਾਇਆ ਪਿਆ, ਸਾਡੀਆਂ ਬੀਬੀਆਂ ਮਾਵਾਂ ਭੈਣਾਂ ਸੜਕਾਂ 'ਤੇ ਬੈਠੀਆਂ ਨੇ, ਇਹਨੂੰ ਲੋਕਤੰਤਰ ਕਿਹਾ ਜਾਂਦਾ? ਤੁਸੀਂ ਨਵਦੀਪ ਦੇ ਚੱਡੇ ਪਾੜਤੇ, ਮੇਰੇ ਵਰਗਾਂ ਨੂੰ ਤੁਸੀਂ ਲਿਜਾ ਕੇ ਕੁੱਟਿਆ, ਸਾਡਾ ਕਸੂਰ ਕੀ ਹੈ? ਕਿ ਅਸੀਂ ਤਾਂ ਲੋਕਾਂ ਲਈ ਲੜਨ ਵਾਲੇ ਬੰਦੇ ਹਾਂ, ਲੋਕਾਂ ਦੇ ਹੱਕ ਦਵਾਉਣ ਵਾਲੇ ਬੰਦੇ ਹਾਂ, ਕੋਈ ਸਮਾਜ ਲਈ ਖਤਰਾ ਨਹੀਂ ਹੈਗੇ ਅਸੀਂ। ਜਿਹੜੇ ਨੌਜਵਾਨ ਸਾਡੇ ਦੇਸ਼ ਲਈ, ਸਾਡੇ ਲੋਕਾਂ ਲਈ, ਸਾਡੇ ਸਮਾਜ ਲਈ ਭਲਾ ਕਰਦੇ ਨੇ, ਉਹਨਾਂ ਨੂੰ ਅੰਦਰ ਠੋਕੀ ਜਾਂਦੇ ਨੇ। ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਕੁਝ ਕਹਿ ਨਹੀਂ ਰਹੇ। ਹਜ਼ਾਰਾਂ ਕਰੋੜ ਰੁਪਇਆ ਅਵਾਨੀਆਂ ਨੇ ਵਿਆਹ 'ਤੇ ਖਰਚ ਕਰਤਾ, ਅਰਬਾਂ ਖਰਬਾਂ ਪੈਸਾ ਖਰਚ ਕਰਤਾ, ਉਹ ਪੈਸਾ ਕਿਹਦਾ? ਸਾਡੇ ਮਿਹਨਤ ਵਾਲੇ ਲੋਕਾਂ ਦਾ ਹੀ ਆ। ਨਵਦੀਪ ਜਲਵੇੜਾ ਦੇ ਹੱਕ ਦੇ ਵਿੱਚ ਵੱਡੇ ਇਕੱਠ ਨੇ ਜਿਹੜੇ ਉਹ ਅੱਜ ਦੇ ਰੱਖੇ ਗਏ ਸੀਗੇ। ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਉਹਨਾਂ ਨੂੰ ਜ਼ਮਾਨਤ ਦੇ ਕੇ ਰਿਹਾ ਕਰ ਦਿੱਤਾ, ਪਰ ਉਹਨਾਂ ਦਾ ਸਨਮਾਨ ਕਰਨਾ ਸੀਗਾ। ਅੰਬਾਲਾ ਦੀ ਦਾਣਾ ਮੰਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਜਿਹੜੇ ਕਿਸਾਨ ਉੱਥੇ ਪ੍ਰਬੰਧ ਕਰਨ ਦੇ ਲਈ ਪਹੁੰਚਦੇ ਨੇ, ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ, ਕਿਸਾਨਾਂ ਨੂੰ ਰਸਤੇ 'ਚ ਰੋਕਿਆ ਜਾਂਦਾ ਹੈ। ਸੋ ਬਾਈ ਭਾਨਾ ਸਿੱਧੂ ਵੀ ਇੱਥੇ ਪਹੁੰਚੇ ਨੇ, ਗੱਲ ਕਰਦੇ ਹਾਂ। ਹਾਂਜੀ ਬਾਈ ਜੀ, ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਚੜ੍ਹਦੀ ਕਲਾ, ਬਾਈ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਹਾਂਜੀ ਦੇਖੋ, ਗੱਲ ਇਉਂ ਆ ਬਾਈ, ਅਸੀਂ ਤਾਂ ਆਪਣੇ ਹੱਕਾਂ ਲਈ ਲੜ ਰਹੇ ਹਾਂ, ਹੱਕਾਂ ਲਈ ਜਾਗਰੂਕ ਕਰ ਰਹੇ ਹਾਂ। ਜਿਹੜੀ ਹਕੂਮਤ ਹੈ ਉਹਨੂੰ ਇਹ ਚੀਜ਼ ਦਾ ਇਹਨਾਂ ਨੂੰ ਤਾਂ ਬਰਦਾਸ਼ਤ ਨਹੀਂ ਹੋ ਰਹੀ ਵੀ ਲੋਕ ਇਕੱਠੇ ਕਿਉਂ ਹੋ ਗਏ, ਕਿਰਤੀ ਕਾਮੀ ਲੋਕ ਇਕੱਠੇ ਕਿਉਂ ਹੋ ਗਏ। ਹੁਣ ਨਵਦੀਪ ਅੱਜ ਬਾਹਰ ਆਇਆ, ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ, ਅਸੀਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਦਿਖਾਉਣਾ ਚਾਹੁੰਦੇ ਹਾਂ ਵੀ ਨੌਜਵਾਨੋ, ਜਿਹੜੇ ਤੁਹਾਡੇ ਲਈ ਜੇਲ੍ਹਾਂ ਕੱਢਦੇ ਨੇ ਅਸਲ ਦੇ ਵਿੱਚ ਤੁਹਾਡੇ ਹੀਰੋ ਅਸਲ ਦੇ ਵਿੱਚ ਇਹ ਨੇਗੇ, ਹਨਾ, ਜਿਹੜੇ ਤੁਹਾਡੇ ਹੱਕਾਂ ਲਈ ਲੜਦੇ ਨੇਗੇ। ਇਹ ਨੌਜਵਾਨਾਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ, ਕਿਉਂਕਿ ਨੌਜਵਾਨ, ਸਾਡੀ ਪੀੜ੍ਹੀ ਬਹੁਤ ਗਲਤ ਪਾਸੇ ਤੁਰ ਪਈ, ਨੌਜਵਾਨ ਹੋਰ ਹੀ ਕਿਸੇ ਨੂੰ ਹੀਰੋ ਮੰਨੀ ਜਾਂਦੀ, ਹਨਾ, ਬਿਨਾਂ ਗੱਲ ਤੋਂ। ਇਹ ਸਾਡਾ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਦਾ ਮੁੱਖ ਮਕਸਦ ਸੀਗਾ। ਅਸੀਂ ਕੋਈ ਸਾਡੇ ਆਗੂਆਂ ਨੇ ਕੋਈ ਅੱਜ ਕੋਈ ਹੋਰ ਅੰਦੋਲਨ ਦਾ ਪ੍ਰੋਗਰਾਮ ਨਹੀਂ ਸੀ, ਸਾਡਾ ਸ਼ਾਂਤੀ ਮਾਰਚ ਦਾ ਪ੍ਰੋਗਰਾਮ ਸੀਗਾ। ਅੱਜ ਇਹ ਸਾਰਾ ਇਹਨਾਂ ਨੇ ਸਾਡਾ ਪੱਲੀਗਲ ਦਾ ਪ੍ਰੋਗਰਾਮ ਖਰਾਬ ਕਰਿਆ। ਇਹ ਇਕੱਲਾ ਹਰਿਆਣਾ ਵਾਲਿਆਂ ਨੇ ਕਿਹਾ, ਪੰਜਾਬ ਸਰਕਾਰ ਵੀ ਓਨੀ ਇਹਦੇ ਵਿੱਚ ਉਹ ਹੈ। ਪੰਜਾਬ ਦੇ ਵਿੱਚ ਵੀ ਸਾਨੂੰ ਆ ਕਿਹਾ ਗਿਆ ਵੀ ਉੱਥੇ ਤੁਸੀਂ ਜਾਣਾ ਨਹੀਂ, ਉੱਥੇ ਤੁਸੀਂ ਜਾਣਾ ਨਹੀਂਗਾ। ਇਹ ਲੋਕਾਂ ਦੀ ਤਾਕਤ ਸਦਕਾ ਅੱਜ ਨਵਦੀਪ ਬਾਹਰ ਆਇਆ। ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ ਜ਼ੁਲਮ ਅੱਜ ਤੋਂ ਨਹੀਂ, ਸਦੀਆਂ ਤੋਂ ਚੱਲਦਾ ਹੈ। ਤੁਸੀਂ ਜਿੰਨਾ ਜ਼ੁਲਮ ਸਾਡੇ 'ਤੇ ਕਰਨਾ ਕਰ ਲਓ, ਅਸੀਂ ਇਹ ਜ਼ੁਲਮ ਅੱਗੇ ਢਹਿਣ ਵਾਲੇ ਨਹੀਂ। ਤੁਸੀਂ ਸਾਨੂੰ ਜੇਲ੍ਹਾਂ 'ਚ ਛੱਡ ਲਓ, ਤੁਸੀਂ ਸਾਨੂੰ ਮਾਰ ਦਿਓ, ਤੁਸੀਂ ਸਾਨੂੰ ਫਾਂਸੀਆਂ 'ਚ ਚੜ੍ਹਾ ਦਿਓ। ਅੰਗਰੇਜ਼ਾਂ ਨੇ ਵੀ ਸਾਨੂੰ ਫਾਂਸੀਆਂ ਚੜ੍ਹਾਇਆ ਸੀਗਾ, ਤੁਸੀਂ ਕਿਹੜਾ ਅੰਗਰੇਜ਼ਾਂ ਤੋਂ ਘੱਟ ਹੋ?
ਤੁਸੀਂ ਨਵਦੀਪ ਦੇ ਚੱਡੇ ਪਾੜ ਤੇ ਮੇਰੇ ਵਰਗਾਂ ਨੂੰ ਤੁਸੀਂ ਲਿਜਾ ਕੇ ਕੁੱਟਿਆ, ਸਾਡਾ ਕਸੂਰ ਕੀ ਹੈ? ਸਾਡਾ ਕਸੂਰ ਦੱਸੋ, ਅਸੀਂ ਤੁਹਾਡੇ ਐਮਐਲਏ ਤੋਂ ਵੱਧ, ਅਸੀਂ ਤੁਹਾਡੇ ਮਿਨਿਸਟਰਾਂ ਤੋਂ ਵੱਧ ਕੰਮ ਕਰਾਏ ਹੋਏ ਲੋਕਾਂ ਨੇ, ਹਨਾ? ਇਸ ਕਰਕੇ ਇਹ ਚੀਜ਼ ਆ ਵੀ ਅਸੀਂ ਤਾਂ ਲੋਕਾਂ ਲਈ ਲੜਨ ਵਾਲੇ ਬੰਦੇ ਆ, ਲੋਕਾਂ ਦੇ ਹੱਕ ਦਿਵਾਉਣ ਵਾਲੇ ਬੰਦੇ ਆ, ਕੋਈ ਸਮਾਜ ਲਈ ਖਤਰਾ ਨਹੀਂ ਹੈਗੇ ਅਸੀਂ। ਅਸੀਂ ਆਪਣੀ, ਹੁਣ ਤੁਸੀਂ ਕਿਸਾਨੀ ਦੀ ਗੱਲ ਕਰ ਲਓ, ਪੂਰੀ ਦੁਨੀਆ ਦਾ ਢਿੱਡ ਕਿਸਾਨ ਭਰਦਾ, ਅਸੀਂ ਆਪਣਾ ਮਿਹਨਤਾਂ ਕਰ ਕਰਕੇ ਇਹ ਕਿਸਾਨ ਨੂੰ ਅੱਤਵਾਦੀ ਬਣਾਉਣ ਦੇ ਤੋਲੇ ਹੋ ਰਹੇ ਬਾਈ ਜੀ। ਇਹ ਤੁਹਾਨੂੰ ਅੱਤਵਾਦੀ ਹੁਣ ਮੂਹਰੇ ਬੈਰੀਕੇਡ ਲਾਤੇ, ਉੱਥੇ ਸੱਤ ਸੱਤ ਦੀਵਾਰਾਂ ਖਿੱਚਦੀਆਂ, ਇੱਧਰ ਖਿੱਚੀਆਂ ਪਈਆਂ ਨੇ ਮੂਹਰੇ, ਆਹ ਹੁਣ ਲਾਤੇ ਟਿੱਪਰ ਮੂਹਰੇ, ਅਸੀਂ ਅੱਤਵਾਦੀ ਤੋੜੂਗਾ? ਇੱਦਾਂ ਕਿਰਤੀ ਕੰਮ ਲੋਕਾਂ ਸਾਡੇ ਕੋਲ ਦਿਖਾ ਕਿਹੜੇ ਇਹੋ ਜਿਹੇ ਹਥਿਆਰ ਨੇਗੇ? ਕਿਤੇ ਤੁਸੀਂ ਦੇਖਿਆ ਵੀ ਕਿਸਾਨਾਂ ਨੇ, ਸਾਡੀਆਂ ਜਿਹੜੇ ਅੰਦੋਲਨ ਚੱਲਦੇ ਨੇ ਵੀ ਕਿਸਾਨਾਂ ਨੇ ਉਹ ਨੁਕਸਾਨ ਕਰਤਾ, ਕਿਤੇ ਅੱਗ ਲਾਤੀ, ਕਿਤੇ ਕੋਈ ਭੰਨ ਤੋੜ ਕਰਤੀ? ਭੰਨ ਤੋੜ ਕਰਨ ਵਾਲੇ ਤਾਂ ਇਹਨਾਂ ਦੇ ਬੰਦੇ ਹੁੰਦੇ ਨੇਗੇ। ਅੱਜ ਤਾਂ ਸਿਰਫ ਔਰ ਸਿਰਫ ਸ਼ਾਂਤੀਮਈ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਆ, ਆਪਣੇ ਹੱਕਾਂ ਲਈ ਲੜਨ ਪ੍ਰਤੀ ਪ੍ਰੇਰਿਤ ਕਰਦੇ ਆ। ਨੁਕਸਾਨ ਤੁਸੀਂ ਕਰਦੇ ਹੋ, ਸਾਨੂੰ ਅੱਤਵਾਦੀ ਦਿਖਾਈਏ ਨੂੰ ਤੁਸੀਂ ਬਾਈ। ਕਿਉਂ ਸਰਕਾਰਾਂ ਇੱਦਾਂ ਕਿਉਂ ਕਰਦੀਆਂ ਨੇ? ਸਰਕਾਰਾਂ ਤਾਂ ਅਕਸਰ ਕਹਿੰਦੀਆਂ ਨੇ ਅਸੀਂ ਨੌਜਵਾਨੀ ਨੂੰ ਸਿੱਧੀ ਲੀਹ ਤੇ ਲੈ ਕੇ ਜਾਣਾ, ਨੌਜਵਾਨਾਂ ਨੂੰ ਅਸੀਂ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ। ਬਾਈ ਜੀ, ਜਿਹੜੇ ਨੌਜਵਾਨ ਸਾਡੇ ਦੇਸ਼ ਲਈ, ਸਾਡੇ ਲੋਕਾਂ ਲਈ, ਸਾਡੇ ਸਮਾਜ ਲਈ ਭਲਾ ਕਰਦੇ ਨੇ, ਉਹਨਾਂ ਨੂੰ ਅੰਦਰ ਠੋਕੀ ਜਾਂਦੇ ਨੇ। ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਕੁਝ ਕਹਿ ਨਹੀਂ ਰਹੇ। ਦੇਖੋ ਜਿਹੜੀ ਇਹ ਰਾਜਗੱਦੀ ਆ, ਰਾਜਗੱਦੀ ਦੀ ਭੁੱਖ ਬਹੁਤ ਵੱਡੀ ਹੈ, ਰਾਜਗੱਦੀ ਦੀ ਭੁੱਖ ਕਿਤੇ ਪੂਰੀ ਨਹੀਂ ਹੋਣ ਵਾਲੀ। ਪਰ ਜਿਹੜੀਆਂ ਅੱਜ ਦੀਆਂ ਸਰਕਾਰਾਂ ਨੇ, ਵੱਡੇ ਅਮੀਰਾਂ ਬੰਦਿਆਂ ਨੂੰ ਸਿਰ ਤੋਂ ਚੱਲਦੇ ਨੇ। ਅਮੀਰ ਬੰਦੇ ਕਹਿੰਦੇ ਜਿਵੇਂ ਅਸੀਂ ਦੇਸ਼ ਨੂੰ ਚਲਾਉਣਾ ਉਵੇਂ ਦੇਸ਼ ਚੱਲਣਾ ਚਾਹੀਦਾ। ਹੁਣ ਇਹ ਸਾਡੇ ਵਾਲੇ ਕਿਰਤੀ ਕੰਮ, ਲੋਕ ਕਹਿੰਦੇ ਅਸੀਂ ਕਮਾਈ ਅਸੀਂ ਕਰਦੇ ਹਾਂ, ਅਸੀਂ ਆਪਦੀਆਂ ਪਿੰਡੇ ਅਸੀਂ ਕਾਲੇ ਕਰਦੇ ਹਾਂ, ਮਿਹਨਤ ਅਸੀਂ ਕਰਦੇ, ਸਾਨੂੰ ਕੁਝ ਮਿਲ ਨਹੀਂ ਰਿਹਾ। ਅਮੀਰਾਂ ਨੇ ਤੁਸੀਂ ਜਾ ਕੇ ਹਜ਼ਾਰਾਂ ਕਰੋੜ ਰੁਪਇਆ ਅਵਾਨੀਆਂ ਨੇ ਵਿਆਹ ਤੇ ਖਰਚ ਕਰਤਾ, ਅਰਬਾਂ ਖਰਬਾਂ ਪੈਸਾ ਖਰਚ ਕਰਤਾ, ਉਹ ਪੈਸਾ ਕਿਹਦਾ? ਸਾਡਿਆਂ ਮਿਹਨਤ ਵਾਲੇ ਲੋਕਾਂ ਦਾ ਹੀ ਆ। ਅਸੀਂ ਚਾਹੁੰਦੇ ਹਾਂ ਉਹਨੂੰ, ਜਿਹੜੇ ਅਮੀਰ ਲੋਕ ਨੇ, ਅਸੀਂ ਤਾਂ ਵੀ ਆਪਦੇ ਮੁੰਡਿਆਂ ਦੇ ਵਿਆਹ ਤੇ ਇੰਨਾ ਪੈਸਾ ਖਰਚ ਕਰੀਏ। ਸਾਡੇ ਵਾਲਿਆਂ ਦੇ ਵਿਆਹਾਂ ਦੇ ਉੱਪਰ ਕੋਈ ਪੈਸਾ ਲਾਉਣ ਨੂੰ, ਸਾਡੇ ਉੱਪਰ ਕਰਜ਼ੇ ਚੜੇ ਪਏ ਨੇ, ਸਾਡੇ ਉੱਪਰ ਕੋਲੇ ਵਿਆਹ ਕਰਨ ਨੂੰ ਕੁਛ ਨਹੀਂ ਹੈਗਾ। ਹੁਣ ਇਹ ਜਿਹੜੇ ਅਮੀਰ ਨੇ, ਜਿਹੜੇ ਕਾਰਪੋਰੇਟ ਲੋਕ ਨੇਗੇ, ਇਹ ਚਾਹੁੰਦੇ ਨੇਗੇ ਵੀ ਇਹ ਲੋਕਾਂ ਨੂੰ ਸਾਡੇ ਮੁਤਾਬਕ ਚਲਾਓ, ਅਸੀਂ ਕਹਿੰਦੇ ਵੀ ਸਾਡੇ ਮੁਤਾਬਕ ਚਲੋ। ਫਿਰ ਇਹ ਸਰਕਾਰਾਂ ਹੀ ਕਰਦੀਆਂ ਨਹੀਂ ਆ, ਸਰਕਾਰਾਂ ਇਸ ਤਰ੍ਹਾਂ ਗੱਠਪੁਤਲੀ ਕਰਕੇ ਸਾਡੇ ਤੇ ਆਦਰ ਕਰਦੀਆਂ ਨੇ। ਜਿਹੜੀ ਪੁਲਿਸ ਇਹਦੇ ਵਿੱਚ ਪ੍ਰਸ਼ਾਸਨ ਕੀ ਕਰਦਾ ਅੱਗੇ, ਪ੍ਰਸ਼ਾਸਨ ਪਤਾ ਕੀ ਕਰਦਾ? ਹੁਣ ਮੁੱਖ ਮੰਤਰੀ ਨੂੰ ਖੁਸ਼ ਕਰਨਾ ਹੈ, ਜਿਵੇਂ ਹੁਣ ਇੱਥੋਂ ਦਾ ਹਰਿਆਣਾ ਦਾ ਮੁੱਖ ਮੰਤਰੀ ਆ, ਇਹਨਾਂ ਨਾਲ ਨਵਦੀਪ ਵਰਗੇ ਦੀ ਆਏ ਆ, ਕਿਉਂਕਿ ਇਹ ਅੰਦੋਲਨਕਾਰੀ ਲੋਕ ਨੇਗੇ। ਇਹ ਨਵਦੀਪ ਵਰਗੇ ਜਿੰਨੇ ਵੀ ਹਰਿਆਣੇ ਸਾਡੇ ਤੇ ਸ਼ਹੀਦ ਭਗਤ ਸਿੰਘ ਜਥੇਬੰਦੀ ਕਾਲਾ, ਜਿੰਨੇ ਵੀ ਅੱਖ ਦੇ ਵਿੱਚ ਪੂਰਾ ਇਹਨਾਂ ਦਾ ਰੜਕਦੇ ਨੇ, ਇਹ ਆਪਣੇ ਹੱਕ ਮੰਗਦੇ ਨੇ। ਹੁਣ ਇਹਨਾਂ ਦੇ ਨਵਦੀਪ ਦੇਖੇ ਚੜ ਗਏ ਚੱਡੇ ਪਾੜੇ, ਠੀਕ ਹੈ ਨਾ ਗੱਲ? ਹੁਣ ਉਹਦੇ ਵਿੱਚ ਇਹਨਾਂ ਦਾ ਜਿਹੜਾ ਸੱਚੋ ਹੁੰਦਾ, ਜਿਹੜਾ ਐਸਐਸਪੀ ਹੁੰਦਾ, ਪੁਲਿਸ ਖੁਸ਼ ਕਰਨ ਦੀ ਵਾਰੀ, ਦੇਖੋ ਜੀ ਅਸੀਂ ਨਵਦੀਪ ਦੇ ਚੱਡੇ ਪਾੜਤੇ, ਨਵਦੀਪ ਨੂੰ ਅਸੀਂ ਪਾਣੀ 'ਚ ਡਬੋਏ ਬੈਠੇ ਹਾਂ, ਸੀਐਮ ਤੋਂ ਵੱਡੇ ਅਹੁਦੇ ਲੈਣ ਦੇ ਮਾਰੇ। ਉਹ ਜਿਹੜਾ ਪਹਿਲਾਂ ਸੀਗਾ, ਪਹਿਲਾਂ ਉਹ ਇੱਕ ਛੋਟਾ ਜਿਹਾ ਚਪਾਹੀ ਸੀਗਾ, ਅੱਜ ਉਹ ਸੀਆਈ ਦਾ ਇੰਚਾਰਜ ਬਣਿਆ ਖੜਾ। ਉਹ ਕੀ ਆ ਉਹਦਾ ਨਾਮ, ਜਿਹੜਾ ਤਾਂ ਨਵਦੀਪ ਨੇ ਤਸ਼ੱਦਦ ਕਰਿਆ ਉਹ? ਹੁਣ ਇਹੀ ਕੁਛ ਮੇਰੇ ਨਾਲ ਹੋਇਆ, ਮੁੱਖ ਮੰਤਰੀ ਨੂੰ ਖੁਸ਼ ਕਰਨ ਦੇ ਮਾਰੀ ਮੈਨੂੰ ਕੁੱਟੀ ਗਏ ਨੇ ਮਾਂ ਦੇ ਪੁੱਤ ਵੀਡੀਓ ਕਾਲਾਂ ਤੇ ਵੀ ਮੁੱਖ ਮੰਤਰੀ ਨੂੰ ਖੁਸ਼ ਕਰਨਾ, ਅਹੁਦੇ ਵੱਡੇ ਲੈਣੇ ਆ, ਆਹ ਕੁਛ ਪ੍ਰਸ਼ਾਸਨ ਕਰਨਾ। ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਨੂੰ ਇਹ ਚੀਜ਼ ਚਾਹੀਦਾ ਵੀ ਸਾਨੂੰ ਜਿਹੜੀ ਤਨਖਾਹ ਹੈ ਇਹ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚ ਮਿਲ ਰਹੀ, ਅਸੀਂ ਲੋਕਾਂ ਦੀ ਹਿਫਾਜ਼ਤ ਕਰੀਏ, ਅਸੀਂ ਇਹਨਾਂ ਲੋਕਾਂ ਨੂੰ ਨਾ ਕੁੱਟੀਏ, ਇਹਨਾਂ ਲੋਕਾਂ ਨੂੰ ਅਸੀਂ ਨਾ ਮਾਰੀਏ, ਇਹ ਗੱਲ ਹੈ। ਕਹਿੰਦੇ ਨੇ ਬਾਈ ਲੋਕਤੰਤਰ ਆ, ਲੋਕਾਂ ਨੂੰ ਤਾਂ ਜਿੱਥੇ ਜਾਣਾ ਆਪਣੀ ਮੰਜ਼ਿਲ ਤੇ ਨਹੀਂ ਜਾਣ ਦਿੱਤਾ ਜਾ ਰਿਹਾ, ਤਪਦੀਆਂ ਸੜਕਾਂ ਤੇ ਬਿਠਾਇਆ ਪਿਆ, ਸਾਡੀਆਂ ਬੀਬੀਆਂ ਮਾਵਾਂ ਭੈਣਾਂ ਸੜਕਾਂ ਤੇ ਬੈਠੀਆਂ ਨੇ, ਇਹਨੂੰ ਲੋਕਤੰਤਰ ਕਿਹਾ ਜਾਂਦਾ? ਲੋਕਤੰਤਰ ਤਾਂ ਬਸ ਇਕੱਲਾ ਅਮੀਰਾਂ ਲੋਕਾਂ ਲਈ ਹੈ, ਸਾਡੇ ਵਰਗਿਆਂ ਲਈ ਕੋਈ ਲੋਕਤੰਤਰ ਨਹੀਂ ਹੈਗਾ। ਸਾਡੇ ਤਾਂ ਇਹ ਹਿਸਾਬ ਲਾ ਲਓ ਵੀ ਝੂਠੇ ਇੰਨੇ ਪਰਚੇ ਪਾ ਦਿੰਦੇ ਨੇਗੇ, ਸਾਡੇ ਤਾਂ ਪਰਿਵਾਰਾਂ ਨੂੰ ਨਹੀਂ ਬਖਸ਼ਦੇ, ਜਿਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ, ਮਾਵਾਂ ਭੈਣਾਂ ਸਾਡੀਆਂ ਜੇਲ੍ਹਾਂ 'ਚ ਆ ਕੇ ਸੜਦੇ ਨੇ। ਹੁਣ ਤੈਨੂੰ ਛੋਟੀ ਜਿਹੀ ਧਾਰ ਦੇਖਦਾ, ਮੇਰੇ ਵਾਰੀ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਤਾ, ਮੇਰੀਆਂ ਭੈਣਾਂ ਸਕੂਲ ਦੇ ਵਿੱਚ ਸੀਗੀਆਂ। ਇਹ ਲੋਕਤੰਤਰ ਹੈ ਬਾਈ ਜੀ, ਦੱਸੋ ਇਹ ਲੋਕਤੰਤਰ ਹੈ? ਚੈਨੀ ਚੋਰ ਬਣਾ ਦੇਣਾ, ਕਿਤੇ ਨੂੰ ਕੁਛ ਬਣਾ ਦੇਣਾ, ਇਹ ਲੋਕਤੰਤਰ ਹੈ? ਇਹ ਲੋਕਤੰਤਰ ਦੇ ਧੱਜੀਆਂ ਇਹ ਲੋਕ ਅਡਾਉਂਦੇ ਨੇ। ਲੋਕਤੰਤਰ ਤਾਂ, ਲੋਕਤੰਤਰ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ, ਉਹ ਲੋਕਤੰਤਰ ਦੀਆਂ ਵੋਟਾਂ ਵੇਲੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਵੱਡੀਆਂ ਵੱਡੀਆਂ ਕਸਮਾਂ ਖਾਂਦੇ ਨੇ, ਜਾ ਕੇ ਵਿਧਾਨ ਸਭਾ ਜਾ ਕੇ ਸੌਂਹਾਂ ਖਾਂਦੇ ਨੇ, ਲੋਕਤੰਤਰ ਦੀਆਂ ਲੋਕ ਸਭਾ ਜਾ ਕੇ ਸੌਂਹਾਂ ਖਾਂਦੇ ਨੇ। ਲੋਕਤੰਤਰ ਦੀ ਸਭ ਤੋਂ ਵੱਧ ਧੱਜੀ ਇਹ ਲੋਕ ਅਡਾਉਂਦੇ ਨੇ, ਝੂਠੀਆਂ ਸੌਂਹਾਂ ਖਾ ਕੇ ਲੋਕਤੰਤਰ ਦੀਆਂ, ਫਿਰ ਇਹ ਕੋਈ ਸਾਰਾ ਲੋਕਤੰਤਰ ਦੇ ਧੱਜੀਆਂ ਅਡਾਉਂਦੇ ਨੇ ਬਾਈ। ਜਦੋਂ ਬਾਈ ਪਰਚੇ ਝੂਠੇ ਪਾਉਂਦੇ ਨੇ, ਜਦੋਂ ਲੋਕ ਇਕੱਠੇ ਹੁੰਦੇ ਨੇ, ਲੋਕਾਂ ਦਾ ਰੋਹ ਹੁੰਦਾ, ਫਿਰ ਸੱਟ ਵੀ ਦਿੰਦੇ ਨੇ। ਹੁਣ ਇੱਥੇ ਕੱਲ੍ਹ ਦਾ, ਅੱਜ ਦਾ ਇਕੱਠ ਰੱਖਿਆ ਸੀਗਾ, ਕੱਲ੍ਹ ਨਵਦੀਪ ਨੂੰ ਬਾਹਰ ਕਰਤਾ।
ਬਿਲਕੁਲ ਉਹ ਲੋਕਾਂ ਨੇ ਘੱਟ ਸਕਦਾ, ਲੋਕਾਂ ਦੀ ਸ਼ਕਤੀ, ਲੋਕ ਸ਼ਕਤੀ ਦਾ ਸਭ ਤੋਂ ਵੱਡੀ ਸ਼ਕਤੀ ਆ ਨਾ, ਫਿਰ ਇਹਨਾਂ ਨੂੰ ਵੋਟਾਂ ਵੀ ਦਿਖਦੀਆਂ ਹੁੰਦੀਆਂ ਨੇ ਨਾ, ਫਿਰ ਇਹਨੂੰ ਛਿੱਤਰ ਵੀ ਦਿਖਦਾ ਹੁੰਦਾ ਨਾ ਮੂਹਰੋਂ, ਫਿਰ ਇਹਨਾਂ ਨੂੰ ਝੁਕਣਾ ਪੈਂਦਾ ਲੋਕਾਂ ਅੱਗੇ। ਇਹ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਲੋਕੋ ਇਕੱਠੇ ਹੋ ਜਾਇਆ ਕਰੋ, ਇਹਨਾਂ ਪਾਰਟੀਆਂ ਦਾ ਖੜਾ ਛੱਡੋ, ਨਾ ਸਾਨੂੰ ਭਾਜਪਾ ਨੇ ਕੁਝ ਦੇਣਾ, ਨਾ ਸਾਨੂੰ ਕਾਂਗਰਸ ਨੇ ਦੇਣਾ, ਨਾ ਸਾਨੂੰ ਬਾਦਲਾਂ ਨੇ, ਨਾ ਸਾਨੂੰ ਦੂਜੇ ਤੀਜਿਆਂ ਨੇ, ਨਾ ਸਾਨੂੰ ਆਹ ਝਾੜੂ ਵਾਲੇ ਨੇ ਕੁਝ ਦੇਣਾ, ਸਾਨੂੰ ਇਹਨਾਂ ਨੇ ਕੁਛ ਨਹੀਂ ਦੇਣਾ। ਸਾਨੂੰ ਆਪਸ ਦੇ ਵਿੱਚ ਇਕੱਠੇ ਰਹਿਣਾ ਚਾਹੀਦਾ, ਇਕੱਠੇ ਰਹਿ ਕੇ ਏਕਤਾ ਦੇ ਵਿੱਚ ਰਹਿ ਕੇ ਅਸੀਂ ਕੁਛ ਨਾ ਕੁਛ ਕਰ ਸਕਦੇ। ਭਾਈ ਲੋਕ ਸਮਝਦੇ ਨੇ ਸਾਡੇ, ਤੁਸੀਂ ਬੜੇ ਟਾਈਮ ਤੋਂ ਕਹਿ ਰਹੇ ਹੋ ਬਈ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਹਨਾਂ ਨੇ ਕੁਛ ਨਹੀਂ ਦੇਣਾ। ਦੇਖੋ ਬਈ ਲੋਕ ਸਮਝਦੇ ਨੇ, ਲੱਗਦੇ ਨੇ ਨਾ, ਇਹ ਸਦੀਆਂ ਤੋਂ ਚੱਲਦਾ ਆਇਆ ਕੰਮ, ਲੜਨ ਵਾਲੇ ਲੋਕ ਬਹੁਤ ਥੋੜੇ ਹੁੰਦੇ ਨੇਗੇ, ਕੋਈ ਗੱਲ ਨਹੀਂ, ਜਦੋਂ ਲੋਕ ਉੱਠਦੇ ਨੇ ਫਿਰ ਤਖਤਾ ਪਲਟਦਾ। ਜਦੋਂ ਲੋਕ ਉੱਠ ਕੇ ਲੜਨ ਲੱਗਦੇ ਨੇ, ਆਜ਼ਾਦੀ ਦੀ ਲੜਾਈ ਕਿੰਨੇ ਟਾਈਮ ਤੋਂ ਚੱਲੀ ਆ ਰਹੀ ਸੀ ਵੀ ਆਜ਼ਾਦੀ ਲੈਣੀ, ਆਜ਼ਾਦੀ ਲੈਣੀ ਹੈ, ਪਰ ਜਦੋਂ ਲੋਕ ਸਾਰੇ ਉੱਠ ਕੇ ਤੁਰ ਪਏ ਵੀ ਆਜ਼ਾਦੀ ਲੈਣੀ ਲੈਣੀ ਹੈ, ਫਿਰ ਆਜ਼ਾਦੀ ਲੈ ਲਈ। ਇਸ ਕਰਕੇ ਜਦੋਂ ਸਾਡੇ ਲੋਕ ਇਹ ਸਮਝਣਗੇ ਤਾਂ ਸਾਡਾ ਦੇਸ਼ ਚੰਗਾ ਬਣਨਗੇ, ਸਾਡੇ ਲੋਕ ਉੱਠਣਗੇ, ਬਿਲਕੁਲ ਉੱਠਣਗੇ। ਹਾਂਜੀ, ਹੁਣ ਅੱਗੇ ਦਾ ਕਿੱਦਾਂ ਲੱਗਦਾ ਪ੍ਰਬੰਧ ਕੀ ਨੇ ਵੀਰ ਜੀ, ਅੱਗੇ ਕਿਸ ਤਰ੍ਹਾਂ ਦੇਖ ਰਹੇ ਹੋ, ਰੋਕਾਂ ਲਗਾਈਆਂ ਗਈਆਂ ਨੇ, ਲੱਗ ਰਿਹਾ ਕਿਸੇ ਕਿਸਾਨ? ਦੇਖੋ ਸਾਡੇ ਆਗੂ ਸਾਹਿਬਾਨ ਜੋ ਫੈਸਲਾ ਕਰਨਗੇ ਉਹ ਮਨਜ਼ੂਰ ਹੈ ਜੀ। ਧੰਨਵਾਦ ਜੀ। ਹਾਂਜੀ, ਇਹ ਸਨ ਬਾਈ ਭਾਨਾ ਸਿੱਧੂ, ਇਹ ਕਹਿੰਦੇ ਜੋ ਵੀ ਸਾਡੇ ਆਗੂ ਫੈਸਲਾ ਕਰਨਗੇ ਉਹ ਮਨਜ਼ੂਰ ਆ। ਸੋ ਬਾਈ ਲੱਖਾ ਸਧਾਣਾ ਵੀ ਇੱਥੇ ਪਹੁੰਚੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਸੋ ਹੋਰ ਵੀ ਜਿਹੜੇ ਆਗੂ ਨੇ ਉਹ ਮੀਟਿੰਗ ਕਰਨ ਦੇ ਲਈ ਅੱਗੇ ਗਏ ਨੇ, ਫਿਲਹਾਲ ਅੱਗੇ ਕੀ ਫੈਸਲਾ ਆਉਂਦਾ ਉਹ ਵੀ ਜ਼ਰੂਰ ਦੇਖਾਂਗੇ। ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ।